सो वेलकम टू लर्न टू एक्चुअलाइज़। मैं प्रोफेसर सिमरनजीत सिंह, डॉक्टर तीरथ सिंह। सो थोड़े बहुत सारे कमेंट्स आए ने साडे, असी वीडियो बनाया सी रूमर्स ऑफ मास्टर कैडर एंड स्कूल लेक्चरर रिक्रूटमेंट इन पंजाब जी। ठीक है जी। सो उत्ते थोड़े बहुत सारे कमेंट्स आए ने, 58 कमेंट्स ने, एंड वन बाय वन असी जिहड़े थोड़े सवाल ने उन्हां दे जवाब देने की कोशिश करांगे। ठीक है जी। सो सर पहला सवाल हैगा मनप्रीत, एक मिनट, पहला सवाल साडे को हैगा जी कोमल बाबा दा, पूछ रहे ने सर एलिजिबिलिटी लैक्चरर लई की रहेगी। एलिजिबिलिटी दा वैसे पिछले वीडियो च ही गल कीती सी, चेंजेबिलिटी रहिंदी है जिस तरह पिछली गवर्नमेंट घर घर योजना सी ना करके, उहदे विच 55 तो इन्होंने 50 कर दित्ती सी, लेकिन कुछ एक सब्जेक्ट दी ਜਿਵੇਂ ਮਿਊਜ਼ਿਕ ਦੀ ਫਿਜ਼ੀਕਲ ਐਜੂਕੇਸ਼ਨ ਦੀ 55 ਰਹੀ ਸੀ। ਸੋ ਡਿਪੈਂਡ ਕਰਦਾ ਹੈ ਕਿ ਤੁਹਾਡਾ ਸਬਜੈਕਟ ਕੀ ਹੈ। ਨੋਰਮਲੀ 50 ਰਹਿਣ ਦੀ ਸੰਭਾਵਨਾ ਹੈ, ਲੇਕਿਨ ਨਵੇਂ ਚੇਂਜਸ ਕੁਛ ਵੀ ਹੋ ਸਕਦੇ ਨੇ। ਸਰ ਇਹ ਜਿਹੜੀ 50 ਤੇ 55 ਹੈ, ਇਹ ਬੈਚਲਰ ਡਿਗਰੀ ਦੀ ਜਾਂ ਮਾਸਟਰ ਡਿਗਰੀ ਦੀ? ਇਹ ਮਾਸਟਰ ਡਿਗਰੀ, ਮਾਸਟਰ ਡਿਗਰੀ। ਦੇਖੋ ਜਿਹੜੇ ਪੋਸਟ PGT ਹੈ, PGT ਤੁਸੀਂ ਪੁੱਛਿਆ ਨਾ ਇਹਨਾਂ ਨੇ ਸਵਾਲ, PGT ਹੈ ਉੱਥੇ ਮਾਸਟਰ ਡਿਗਰੀ ਪੋਸਟ ਗ੍ਰੈਜੂਏਸ਼ਨ ਦੇ ਮਾਰਕਸ ਹੀ ਕੁਆਲੀਫਾਈ ਮਾਰਕਸ ਨੇ, ਜਿੱਥੇ TGT ਹੈ ਉੱਥੇ ਗ੍ਰੈਜੂਏਸ਼ਨ ਦੇ ਮਾਰਕਸ। ਮਤਲਬ ਇਹਦੇ ਵਿੱਚ TGT ਦੇ ਮਾਰਕਸ ਨਹੀਂ ਦੇਖੇ ਜਾਣਗੇ? ਨਹੀਂ, ਉਹ ਸਿਰਫ PGT ਨਹੀਂ ਦੇਖੇ ਜਾਣਗੇ। ਓਕੇ, ਨੈਕਸਟ ਕੁਐਸਚਨ ਹੈਗਾ ਸੁਮਨ ਬਾਲਾ ਦਾ, ਸਰ ਹਿੰਦੀ ਲੈਕਚਰਰ ਕੈਡਰ ਦੀ ਪੋਸਟ ਆਵੇਗੀ ਜਾਂ ਨਹੀਂ, ਕਿਉਂਕਿ ਪਿਛਲੀ ਵਾਰ ਵੀ ਬਹੁਤ ਘੱਟ ਪੋਸਟ ਸੀ, ਹੁਣ ਵੀ 343 'ਚ ਹਿੰਦੀ ਦੀ ਪੋਸਟ ਨਹੀਂ ਆਈ। ਦੇਖੋ ਸੱਚ ਤਾਂ ਇਹ ਹੈ ਕਿ ਗੌਰਮੈਂਟ ਨੇ ਹੁਣੇ ਫਿਰ ਤੋਂ ਜਿਹੜੀਆਂ ਖਾਲੀ ਪੋਸਟੀਆਂ ਅਸਾਮੀਆਂ ਰਹਿ ਗਈਆਂ ਨੇ ਉਸ ਦੀ ਡਿਮਾਂਡ ਕੀਤੀ ਹੈ। ਇਸ ਲਈ ਸੰਭਾਵਨਾ ਇਹ ਹੈ ਕਿ ਮੈਕਸੀਮਮ ਸਬਜੈਕਟ ਕਵਰ ਹੋਣਗੇ। ਸੋ ਜਿਹੜੀ ਭਾਸ਼ਾ ਹੈ ਪੰਜਾਬੀ, ਇੰਗਲਿਸ਼ ਅਤੇ ਹਿੰਦੀ, ਇਹਨਾਂ ਤਿੰਨਾਂ ਦੇ ਆਉਣ ਦੇ ਆਸਾਰ ਹਨ। ਉਧਰੋਂ ਕਾਮਨ ਜਿਹੜੇ ਸਬਜੈਕਟ ਨੇ ਉਸ ਤੋਂ ਇਲਾਵਾ ਫਿਜ਼ੀਕਲ ਐਜੂਕੇਸ਼ਨ ਦੀਆਂ ਜ਼ਿਆਦਾ ਆਉਣ ਦੀ ਆਸਾਰ ਹੈ। ਮੈਨੂੰ ਜਿਸ ਤੱਕ ਨਾ ਸਰੂਪ ਜਿਹੜੇ ਸਾਡੇ ਮਤਲਬ ਮੈਨੂੰ ਪਤਾ ਲੱਗਿਆ ਕਿ ਜਿਹੜੀਆਂ ਪੋਸਟ ਹੈ ਉਹਨਾਂ ਨੇ ਬੋਲਿਆ ਕਿ ਆਪਾਂ ਮਤਲਬ ਹਰ ਸਾਲ ਕੱਢਾਂਗੇ ਲੈਕਚਰਰ ਦੀ ਪੋਸਟਾਂ, ਬਟ ਅਮਾਊਂਟ ਜਿਹੜੀ ਹੋਏਗੀ, ਕੁਆਂਟਿਟੀ ਹੋਏਗੀ, ਉਹ ਘੱਟ ਹੋਏਗੀ। ਉਹ ਜ਼ਿਆਦਾ ਬੈਟਰ ਹੈ, 50-60। ਹਾਂ, ਮੋਟੀਵੇਸ਼ਨ ਬਣੀ ਰਹਿੰਦੀ ਹੈ ਕਿ ਪੋਸਟਾਂ ਆਉਣੀਆਂ ਨੇ। ਫਿਲਹਾਲ ਹਜੇ ਤੱਕ ਇਹ ਸਿਸਟਮ ਨਹੀਂ ਬਣ ਸਕਿਆ, ਪਰ ਇਹ ਖਬਰ ਮਲਟੀਪਲ ਸੋਰਸ ਤੋਂ ਮਿਲੀ ਹੈ ਕਿ ਇੱਕ ਤਾਂ ਅਸਾਮੀ ਖਾਲੀਆਂ ਜਿਹੜੀਆਂ ਨੇ ਉਹਨਾਂ ਦਾ ਡਾਟਾ ਮੰਗਿਆ ਗਿਆ ਹੈ, ਦੂਸਰਾ ਕਿ ਕੈਟਾਗਰਾਈਜੇਸ਼ਨ, ਔਰ ਤੀਸਰਾ ਕਿ ਜਿਹੜੀ ਰਿਲੈਕਸੇਸ਼ਨ ਆਫ ਐਲੀਜੀਬਿਲਟੀ ਵਿਦ ਰਿਸਪੈਕਟ ਟੂ ਇੰਟੀਗ੍ਰੇਟਡ ਸਬਜੈਕਟ ਹੈ ਉਹ ਸ਼ਾਇਦ ਹੋ ਜਾਵੇ, ਅਡੀਸ਼ਨਲ ਸਬਜੈਕਟ ਵਾਲੀ ਪ੍ਰੋਬਲਮ ਜਿਹੜੀ ਖਤਮ ਹੋ ਜਾਏ। ਓਕੇ ਸਰ, ਨੈਕਸਟ ਕੁਐਸਚਨ ਹੈਗਾ ਜੀ ਗੁਰਪ੍ਰੀਤ ਦਾ, ਸਰ ਪੰਜਾਬੀ ਐਲੀਜੀਬਲ ਪੇਪਰ ਹੋਵੇਗਾ ਮਾਸਟਰ ਕੈਡਰ ਵਾਲਿਆਂ ਦਾ ਜਾਂ ਨਹੀਂ? ਪੰਜਾਬੀ ਐਲੀਜੀਬਲ ਪੇਪਰ ਜਿੱਦਾਂ ਜਿਹੜਾ ਸੀ ਅਤੇ ਡੀ ਗ੍ਰੇਡ ਵਾਸਤੇ ਹੁੰਦਾ ਨਾ, ਕਿਉਂਕਿ ਭਾਸ਼ਾ ਨੂੰ ਪ੍ਰੈਫਰ ਕੀਤਾ ਜਾ ਰਿਹਾ ਹੈ, ਇਸ ਲਈ ਇਹ ਵੀ ਕਿਹਾ ਜਾ ਰਿਹਾ ਹੈ ਕਿ ਬਾਕੀ ਜਿਹੜੇ ਟੈਸਟ ਹੋ ਰਹੇ ਨੇ ਜਿਵੇਂ ETT ਦਾ ਵੀ ਹੁਣ ਹੋਇਆ ਹੈ, ਅਤੇ ETT ਦੇ ਵਿੱਚ ਸਾਨੂੰ ਡਾਇਰੈਕਟ ਗਾਈਡ ਕੀਤਾ ਗਿਆ ਹੈ, ਇਹ ਗਾਈਡ ਕਰਿਆ ਹੈ ਇਹ ਇੰਸੀਡੈਂਟ ਕਿ ਉਹਨਾਂ ਦਾ ਦੁਬਾਰਾ ਟੈਸਟ ਹੋ ਰਿਹਾ ਹੈ। 59 ਇਹ ਸ਼ਾਇਦ ਪਤਾ ਹੋਏਗਾ, 59-94 ਪੋਸਟਾਂ ਸੀ ETT ਦੀਆਂ ਜਿਹੜੀਆਂ 2 ਸਾਲ ਪਹਿਲਾਂ ਐਡਵਰਟਾਈਜ਼ ਲਗਭਗ ਹੋਈਆਂ ਸੀ, ਉਹਨਾਂ ਨੇ ਜਸਟ ਉਹ ਪੰਜਾਬੀ ਦਾ ਪੇਪਰ ਦੇਣਾ ਹੈ, ਉਹ ਰਿਵਾਈਜ਼ ਹੋਇਆ ਹੈ, ਸਿਲੇਬਸ ਰਿਵਾਈਜ਼ ਹੋਇਆ ਹੈ, ਕਿਉਂਕਿ ਪੰਜਾਬ ਗਵਰਨਮੈਂਟ ਦੇਖੋ ਸਿੰਪਲ ਹੈ ਕਿ ਚਾਹੁੰਦੀ ਹੈ ਕਿ ਤੁਸੀਂ ਪੰਜਾਬ ਦੇ ਗੁਰੂ ਸਾਹਿਬਾਨਾਂ ਨੂੰ, ਲੇਖਕਾਂ ਨੂੰ, ਜਿਹੜੇ ਲਿਟਰੇਚਰ ਕਵੀ ਨੇ, ਔਰ ਪੰਜਾਬੀ ਭਾਸ਼ਾ ਨੂੰ, ਗ੍ਰਾਮਰ ਨੂੰ ਥੋੜ੍ਹਾ ਜਿਹਾ ਇੰਪੋਰਟੈਂਸ ਉਸਦੀ ਵੱਧ ਜਾਵੇ। ਦੈਟ ਇਜ਼ ਵਾਏ ਜਿਹੜੇ ਬਾਹਰੋਂ ਆਉਂਦੇ ਨੇ, ਪੰਜਾਬ ਤੋਂ ਬਾਹਰ ਹੀ ਕੈਂਡੀਡੇਟ ਆਉਂਦੇ ਨੇ, ਉਹਨਾਂ ਨੂੰ ਥੋੜ੍ਹੀ ਕੰਪਲਸ਼ਨ ਹੋਵੇ ਕਿ ਇਹ ਇੱਕ ਐਂਟਰੀ ਹੈ, ਪੰਜਾਬੀ ਨੂੰ ਸਿੱਖਣਾ ਪੈਣਾ ਹੈ। ਦੈਟ ਇਜ਼ ਵਾਏ ਉਹਦੀ ਰਿਸਪੈਕਟ ਲਈ ਇਹ
ਤੁਹਾਡਾ ਹਾਂ ਵਿੱਚ ਆਨਸਰ ਜਾਂਦਾ ਹੈ ਕਿ ਯੈਸ। ਓਕੇ ਸਰ, ਹਰਮਨ ਧੀਮਨ ਬੋਲ ਰਹੇ ਨੇ ਥੈਂਕਸ ਸਰ ਮੋਟੀਵੇਸ਼ਨ ਲਈ। ਹਾਏ, ਮੋਟੀਵੇਸ਼ਨ ਉਹ ਦਿੰਦਾ, ਮੈਂ ਨਹੀਂ ਦਿੰਦਾ। ਵੀਰਪਾਲ ਕੌਰ ਨੇ ਉਹ ਕਹਿ ਰਹੇ ਨੇ ਸਰ ਬੀ ਐਡ ਮੇਂ ਹਿਸਟਰੀ ਪੰਜਾਬੀ ਐਜ਼ ਕੰਬੀਨੇਸ਼ਨ ਹੈ ਔਰ ਬੀ ਏ ਮੇਂ ਹਿਸਟਰੀ ਪੋਲੀਟੀਕਲ ਸਾਇੰਸ ਐਜ਼ ਅ ਸਬਜੈਕਟ। ਕਿਆ ਹਿਸਟਰੀ ਪੰਜਾਬੀ? ਬੀ ਐਡ ਮੇਂ ਹਿਸਟਰੀ ਪੰਜਾਬੀ ਐਜ਼ ਕੰਬੀਨੇਸ਼ਨ ਹੈ ਔਰ ਬੀ ਏ ਮੇਂ ਹਿਸਟਰੀ ਪੋਲੀਟੀਕਲ ਸਾਇੰਸ ਐਜ਼ ਅ ਸਬਜੈਕਟ ਥੇ। ਕਿਆ ਮੈਂ ਮਾਸਟਰ ਕੈਡਰ ਐਸ ਐਸ ਟੀ ਕੇ ਲਈ ਐਲੀਜੀਬਲ ਹੂੰ? ਬੀ ਏ ਮੇਂ ਇਹਨਾਂ ਨੇ ਕਿਆ ਬਤਾਇਆ? ਹਿਸਟਰੀ ਐਂਡ ਪੋਲੀਟੀਕਲ ਸਾਇੰਸ। ਹਾਂ ਜੀ, ਹਿਸਟਰੀ ਔਰ ਪੋਲੀਟੀਕਲ ਸਾਇੰਸ ਤੋਂ ਐਲੀਜੀਬਿਲਟੀ ਕਿਸ ਕੇ ਲਈ ਦੇਖਣੀ? ਮਾਸਟਰ ਕੈਡਰ ਲਈ। ਮਾਸਟਰ ਕੈਡਰ ਲਈ ਰਾਜੇ, ਪੰਜਾਬੀ ਲਈ ਤੁਸੀਂ ਐਲੀਜੀਬਲ ਹੋ। ਇਹਨਾਂ ਨੇ ਬੀ ਐਡ ਪੰਜਾਬੀ ਪੜ੍ਹੀ ਹੈ ਲੇਕਿਨ ਬੀ ਏ ਦੇ ਵਿੱਚ ਇਲੈਕਟਿਵ ਪੰਜਾਬੀ ਪੜ੍ਹੀ ਹੈ, ਦੱਸਣਾ ਪਏਗਾ। ਇਹ ਦੇਖਿਓ, ਦੱਸਿਆ ਕਿ ਨਹੀਂ? ਨਹੀਂ, ਇਹ ਨਹੀਂ ਦੱਸਿਆ ਜੀ ਉਹਨਾਂ ਨੇ। ਤੁਸੀਂ ਕੰਪਲੀਟ ਇਨਫੋਰਮੇਸ਼ਨ ਇਹ ਦਿਓ ਕਿ ਬੀ ਏ ਵਿੱਚ ਤਿੰਨ ਇਲੈਕਟਿਵ ਸਬਜੈਕਟ ਹੁੰਦੇ ਨੇ, ਤਿੰਨ ਸਬਜੈਕਟ ਕਿਹੜੇ ਪੜ੍ਹੇ ਨੇ? ਜੇ ਤੁਸੀਂ ਇਲੈਕਟਿਵ ਪੰਜਾਬੀ ਪੜ੍ਹਿਆ ਹੋਇਆ ਹੈ ਤਾਂ ਤੁਸੀਂ ਪੰਜਾਬੀ ਲਈ ਮਾਸਟਰ ਕੈਡਰ ਲਈ ਐਲੀਜੀਬਲ ਹੋ। ਜੇ ਹਿਸਟਰੀ ਪੜ੍ਹਿਆ ਹੈ ਅਤੇ ਤੁਸੀਂ ਐਸ ਐਸ ਟੀ ਲਈ ਕੰਪਲੀਟ ਕਰਦੇ ਹੋ, ਪ੍ਰੈਜੈਂਟ ਨੋਮਸ ਜਿਹੜੇ ਨੇ ਉਹਦੇ ਮੁਤਾਬਕ ਤੁਸੀਂ ਨਹੀਂ ਹੋ ਫਿਲਹਾਲ। ਜੇ ਤੁਸੀਂ ਬੀ ਏ ਦੇ ਵਿੱਚ ਹਿਸਟਰੀ ਅਤੇ ਪੋਲੀਟੀਕਲ ਸਾਇੰਸ ਪੜ੍ਹਿਆ ਹੋਇਆ ਹੈ ਤਾਂ ਤੁਹਾਨੂੰ ਇੱਥੇ ਐਸ ਐਸ ਟੀ ਲੈਣੀ ਚਾਹੀਦੀ ਸੀ, ਬੀ ਐਡ ਵਿੱਚ ਐਸ ਐਸ ਟੀ ਲੈਣੀ ਚਾਹੀਦੀ ਸੀ। ਇਹ ਪਤਾ ਨਹੀਂ ਤੁਸੀਂ ਗਲਤੀ ਜਾਂ ਕਿਵੇਂ ਹੋਈ ਹੈ, ਸੋ ਤੁਹਾਨੂੰ ਅਡੀਸ਼ਨਲ ਫਿਲਹਾਲ ਦੇਣਾ ਪਏਗਾ। ਪਰ ਰਿਲੈਕਸ ਹੋਣ ਦੇ ਜਿਹੜੀ ਖਬਰ ਆ ਰਹੀ ਹੈ ਕਿ ਰਿਲੈਕਸੇਸ਼ਨ ਹੋਏਗੀ ਨਵੀਆਂ ਜਿਹੜੀਆਂ ਐਡਵਰਟਾਈਜ਼ਮੈਂਟ। ਪ੍ਰਿੰਕਾ ਅਰੋੜਾ ਪੁੱਛ ਰਹੇ ਨੇ ਕੰਪਿਊਟਰ ਟੀਚਰ ਦੀ ਵੈਕੈਂਸੀ ਕਦੀ ਆਵੇਗੀ ਸਕੂਲ ਡਿਪਾਰਟਮੈਂਟ 'ਚ? ਬਿਲਕੁਲ 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 ਹੈ, ਕਿਉਂਕਿ ਕੰਪਿਊਟਰ ਟੀਚਰ ਨਹੀਂ, ਕੰਪਿਊਟਰ ਇੰਸਟਰਕਟਰ ਸੀ। ਇੰਸਟਰਕਟਰ ਦੇ ਵਿੱਚ ਬਿਨਾਂ ਬੀ ਐਡ ਤੋਂ ਅੱਜ ਤੱਕ ਰੱਖੇ ਗਏ ਨੇ, ਦੈਟ ਇਜ਼ ਵਾਈ ਇਹ ਸ਼ਬਦ ਆਪਣੇ ਆਪ 'ਚ ਹੈ। ਜਦੋਂ ਟੀਚਰ ਦੀ ਹੈ ਤਾਂ ਫਿਰ ਆਏਗੀ, ਲੇਕਿਨ ਪ੍ਰੋਬੇਬਿਲਿਟੀ ਘੱਟ ਦਿਖਾਈ ਇਸ ਲਈ ਦਿੰਦੀ ਹੈ ਕਿਉਂਕਿ ਬਾਕੀ ਸਬਜੈਕਟ ਦੀਆਂ ਪੋਸਟਾਂ ਕਾਫੀ ਖਾਲੀ ਪਈਆਂ ਨੇ, ਸੋ ਇੰਪੋਰਟੈਂਸ ਬਣਦੀ ਹੈ ਨਾ। ਜਿਵੇਂ ਦੇਖੋ, ਪੰਜਾਬ ਗਵਰਨਮੈਂਟ ਨੇ ਜ਼ੋਰ ਦਿੱਤਾ ਸੀ ਕਿ ਜਿਹੜਾ ਐਚ ਡੀ ਆਈ ਹੈ ਨਾ, ਹਿਊਮਨ ਡਿਵੈਲਪਮੈਂਟ ਇੰਡੈਕਸ ਤੋਂ ਜਿਹੜੀ ਹੈ ਮਾਨ ਗੌਰਮੈਂਟ ਆਈ ਸੀ, ਹਿਊਮਨ ਡਿਵੈਲਪਮੈਂਟ ਇੰਡੈਕਸ ਦੇ ਵਿੱਚ ਤਿੰਨ ਚੀਜ਼ਾਂ ਦੇ ਬੇਸ 'ਤੇ ਕਿਸੇ ਕੰਟਰੀ ਦੀ ਡਿਵੈਲਪਮੈਂਟ ਨੂੰ ਮਈਅਰ ਕੀਤਾ ਜਾਂਦਾ ਹੈ। ਉਸ ਵਿੱਚ ਸਭ ਤੋਂ ਪਹਿਲਾ ਹੈ ਐਚ ਹੈਲਥ, ਔਰ ਦੂਸਰਾ ਹੈ ਐਜੂਕੇਸ਼ਨ, ਔਰ ਤੀਸਰਾ ਹੈ ਤੁਹਾਡਾ ਇਕਨੋਮਿਕ ਸਟੇਟਸ। ਸੋ ਮਾਨ ਗੌਰਮੈਂਟ ਨੇ ਹੈਲਥ ਅਤੇ ਐਜੂਕੇਸ਼ਨ 'ਤੇ ਜ਼ਿਆਦਾ ਜ਼ੋਰ ਦਿੱਤਾ ਹੈ, ਦੈਟ ਇਜ਼ ਵਾਈ ਧਿਆਨ ਨਾਲ ਦੇਖਣਾ ਲੌਜਿਕ ਹੈਲਥ, ਦੈਟ ਇਜ਼ ਵਾਈ ਫਿਜ਼ੀਕਲ ਐਜੂਕੇਸ਼ਨ ਦੀਆਂ ਪੋਸਟਾਂ ਸਕੂਲਾਂ ਵਿੱਚ ਤੁਸੀਂ ਦੇਖੋ, ਕਿਉਂਕਿ ਮੇਰੇ ਕਜ਼ਨ ਵੀ ਲੱਗੇ ਹੋਏ ਨੇ ਉਹ ਨਰਸਿੰਗ ਇੰਸਟੀਟਿਊਟ ਵਿੱਚ ਤੋਂ ਆ ਕੇ, ਉਹਨਾਂ ਨੇ 15,000 'ਤੇ ਇਹ ਰੱਖੇ ਗਏ ਨੇ, ਸ਼ਾਇਦ ਪਿਛਲੀ ਗੌਰਮੈਂਟ ਨੇ ਰੱਖੇ ਨੇ, ਇਹ ਮੈਨੂੰ ਪੂਰਾ ਕਲੀਅਰ ਨਹੀਂ ਹੈ, ਲੇਕਿਨ ਉਸ ਨੂੰ ਅਤੇ ਹੈਲਥ ਐਜੂਕੇਸ਼ਨ ਨੂੰ ਪ੍ਰਮੋਟ ਕਰਨ ਲਈ 2000 ਪੀਟੀਆਈ ਦਾ ਵੀ ਇਹ ਵੀ ਹਾਂ ਬਿਲਕੁਲ, ਔਰ 150 ਲੈਕਚਰਾਂ ਦੀ ਗੱਲ ਪਿੱਛੇ ਅਸੀਂ ਕੀਤੀ ਹੈ ਫਿਜ਼ੀਕਲ ਐਜੂਕੇਸ਼ਨ। ਉਸ ਤੋਂ ਬਾਅਦ ਸਰ ਕਦੋਂ, ਗੁਰਵਿੰਦਰ ਪੁੱਛ ਰਿਹਾ ਸਰ ਕਦੋਂ ਤੱਕ ਆ ਰਹੀ ਹੈ ਲੈਕਚਰਾਰ ਭਰਤੀ? ਦੇਖੋ, ਡਿਲੇ ਜਿਹੜਾ ਹੈ ਇੰਡੀਆ ਦੀ ਇੱਕ ਟੈਂਡੈਂਸੀ ਹੈ, ਕਿਉਂਕਿ ਵਿੱਚ ਅੜਚਣਾਂ ਵੀ ਆ ਜਾਂਦੀਆਂ ਹਨ। ਫਿਲਹਾਲ ਮੈਂ ਪਹਿਲਾਂ ਵੀ ਦੱਸਿਆ ਹੈ ਕਿ ਡਾਟਾ ਮੰਗਿਆ ਗਿਆ ਹੈ, ਔਰ ਜੇਕਰ ਚੋਣਾਂ ਕਹਿੰਦੇ ਸੀ ਪੰਚਾਇਤੀ ਚੋਣਾਂ ਹੋਣੀਆਂ, ਮੈਂ ਅਜੇ ਉਹ ਅਪਡੇਟ ਮੇਰੇ ਕੋਲ ਨਹੀਂ ਹੈ, ਫਿਰ 3-4 ਮਹੀਨੇ ਨੋਰਮਲੀ ਲੱਗ ਸਕਦੇ, ਮਤਲਬ ਅਕਤੂਬਰ ਤੱਕ ਲਗਾ ਕੇ ਚੱਲੀ ਹੈ। ਯੈਸ ਯੈਸ ਯੈਸ। ਸੋ ਮਨਪ੍ਰੀਤ ਕੌਰ ਕਹਿ ਰਹੇ ਸਰ ਹਾਓ ਕੈਨ ਆਈ ਟੇਕ ਕੋਚਿੰਗ ਫਰੋਮ ਯੂ ਫੋਰ ਗੌਰਮੈਂਟ ਟੀਚਰ ਐਗਜ਼ਾਮ? ਅਸੀਂ ਰਾਜੇ ਪਹਿਲਾਂ ਐਂਟਰੈਂਸ ਟੈਸਟ ਕੀਤਾ ਹੈ, ਹੁਣ ਡਿਫੀਕਲਟੀ ਲੈਵਲ ਪੀ ਐੱਸ ਟੈਟ ਦੀ ਕਰ ਰਹੇ ਹਾਂ, ਟੀਚਰ ਐਲੀਜੀਬਿਲਟੀ ਟੈਸਟ ਦੀ, ਟੀਚਰ ਐਲੀਜੀਬਿਲਟੀ ਟੈਸਟ ਦੀ, ਸੀ ਟੈਟ ਵੀ, ਪੀ ਐੱਸ ਟੈਸਟ ਵੀ ਹੋ ਗਿਆ, ਨਾਲ ਹੀ ਫਿਰ ਸਿਲੈਕਸ਼ਨ ਟੈਸਟ ਜਿਹੜਾ ਤੁਸੀਂ ਕਹਿ ਰਹੇ ਹੋ ਸਿਲੈਕਸ਼ਨ ਟੈਸਟ। ਮਾਸਟਰ ਕੈਡਰ ਹੈ ਚਾਹੇ? ਹਾਂਜੀ ਹਾਂਜੀ ਹਾਂਜੀ। ਸਬਜੈਕਟ ਸਰ ਕਿੱਦਾਂ, ਲਿਮਿਟਿਡ ਆਪਾਂ ਰੱਖਾਂਗੇ ਜਾਂ ਮਤਲਬ ਕਿਹਦੇ ਵਿੱਚ?
ਜਿੱਦਾਂ ਸਿਲੈਕਸ਼ਨ ਟੈਸਟ ਹੈਗੇ ਸਾਡੇ, ਪਹਿਲਾਂ ਕਾਮਨ ਸਬਜੈਕਟ ਜ਼ਰੂਰ ਚੁਣੇ ਜਾਣਗੇ, ਫਿਜ਼ੀਕਲ ਐਜੂਕੇਸ਼ਨ ਤਾਂ ਤੁਸੀਂ ਛੱਡੋਗੇ ਨਹੀਂ, ਪੰਜਾਬੀ ਹੈ ਜਿਹੜਾ ਹੈ, SST ਹੈ, ਸੋ ਜਿਹੜੇ ਕਾਮਨ ਸਕੂਲ ਸਬਜੈਕਟ ਨੇ ਉਹਨਾਂ ਨੂੰ ਪ੍ਰੈਫਰ ਜ਼ਿਆਦਾ ਕੀਤਾ। ਸੋ ਸੈਣੀ ਪੁੱਛ ਰਹੇ ਨੇ, ਸੈਣੀ ਜੀ ਪੁੱਛ ਰਹੇ ਨੇ, ਸਰ ਪਹਿਲਾਂ ਮਾਸਟਰ ਕੈਡਰ ਦੀ ਪੋਸਟ ਆਵੇਗੀ ਜਾਂ ਲੈਕਚਰਰ ਕੈਡਰ ਦੀ? ਸੰਭਾਵਨਾ ਜ਼ਿਆਦਾ ਮਾਸਟਰ ਕੈਡਰ ਦੀ ਪਹਿਲਾਂ ਹੈ, ਪਰ ਇਸ ਵਾਰ ਦੋਵੇਂ ਇਕੱਠੀਆਂ ਆਉਣ ਦੀ ਸੰਭਾਵਨਾ ਜ਼ਿਆਦਾ ਦਿਖਾਈ ਦੇ ਰਹੀ ਹੈ। ਨੋਰਮਲੀ ਜਿਹੜੀ ਹੈ ਪਹਿਲਾਂ ਮਾਸਟਰ ਕੈਡਰ ਦੀ ਹੀ ਆਉਂਦੀ ਹੈ। ਸਰ ਹੈਲੋ ਸਰ, ਸਤਨਾਮ ਕੌਰ ਕਹਿ ਰਹੇ, ਹੈਲੋ ਸਰ, ਲੈਕਚਰਰ ਦੀ ਪੋਸਟ ਲਈ PS ਟੈਟ ਕੰਪਲਸਰੀ ਹੈ, ਪਲੀਜ਼ ਟੈਲ ਮੀ। ਇਹ ਗੁੱਡ ਕੁਐਸਚਨ। ਦੇਖੋ, ਜੇ ਤਾਂ ਪੋਸਟਾਂ ਜਲਦੀ ਆ ਗਈਆਂ, ਦਸੰਬਰ ਤੋਂ ਪਹਿਲਾਂ ਆ ਗਈਆਂ, ਫਿਰ ਕੰਪਲਸਰੀ ਨਹੀਂ ਹੈ। ਜੇਕਰ ਦਸੰਬਰ ਵਿੱਚ ਜਾਂਦੇ ਹੋ ਤੁਸੀਂ, ਤਾਂ ਨਿਊ ਐਜੂਕੇਸ਼ਨ ਪੋਲਿਸੀ EP, ਤੁਸੀਂ ਮੇਰੇ ਖਿਆਲ ਬਾਰ ਬਾਰ ਪੜ੍ਹਿਆ ਹੋਏਗਾ, ਉਹਦੇ ਵਿੱਚ ਇਹ ਸੁਜੈਸ਼ਨ ਹੈ ਕਿ 4 ਲੈਵਲ ਦੇ ਜਿਹੜੇ ਟੈਟ ਲਿਆ, ਟੀਚਰ ਐਲੀਜੀਬਿਲਿਟੀ ਟੈਸਟ ਲਿਆ ਜਾਏਗਾ। 2 ਲੈਵਲ ਦੇ ਹਜੇ ਤੱਕ ਲਏ ਜਾਂਦੇ ਨੇ, ਇੱਕ ਐਲੀਮੈਂਟਰੀ ਲੈਵਲ ਦਾ, ਇੱਕ ਸੈਕੰਡਰੀ ਲੈਵਲ ਦਾ। ਜਿਹੜਾ ਹੁਣ ਸੈਕੰਡਰੀ ਲੈਵਲ ਵੈਸੇ ਉਸਨੂੰ ਕਿਹਾ ਜਾਂਦਾ ਰਿਹਾ ਹੈ, ਲੇਕਿਨ ਮੈਂ ਸਾਫ਼ ਦੱਸ ਦੇਵਾਂ ਕਿ ਤੀਜਾ ਲੈਵਲ ਜਿਹੜਾ 11ਵੀਂ 12ਵੀਂ ਲਈ ਹੈ, ਸੀਨੀਅਰ ਸੈਕੰਡਰੀ ਲੈਵਲ ਪਹਿਲਾਂ ਇਹਨੂੰ ਕਹਿੰਦੇ ਸੀ, ਇਹ ਟੈਸਟ ਸ਼ੁਰੂ ਹੋਣ ਦੀ ਦਸੰਬਰ ਤੋਂ ਸੰਭਾਵਨਾ ਵੱਧ ਗਈ ਹੈ, ਕਿਉਂਕਿ ਨਿਊ ਐਜੂਕੇਸ਼ਨ ਪੋਲਿਸੀ ਨੂੰ ਬੜੀ ਸਖਤੀ ਨਾਲ ਸਖਤ ਕੀਤਾ ਜਾ ਰਿਹਾ ਹੈ। 5ਵੇਂ ਸਮੈਸਟਰ ਦੇ ਜਿਹੜੇ ਤੁਹਾਡੇ ਹਜੇ ਤੱਕ ਡਿਲੇ ਹੋਇਆ ਹੈ ਪੇਪਰ, ਉਹਦਾ ਕਾਰਨ ਨਿਊ ਐਜੂਕੇਸ਼ਨ ਪੋਲਿਸੀ ਦੇ ਅਕੋਰਡਿੰਗਲੀ ਡਾਟੇ ਨੂੰ ਅਪਡੇਟ ਕੀਤਾ, ਚੇਂਜ ਕੀਤਾ ਜਾ ਰਿਹਾ ਹੈ। ਸਰ, ਏਜ ਲਿਮਿਟ ਕੀ ਹੋਵੇਗੀ ਮਾਸਟਰ ਕੈਡਰ ਐਂਡ ਲੈਕਚਰ ਕੈਡਰ ਦੋਵਾਂ ਵਾਸਤੇ? ਦੇਖੋ, ਜੇ ਤਾਂ ਪਿਛਲੇ ਗਿਲੇ ਸ਼ਿਕਵੇ ਹੁੰਦੇ ਤਾਂ ਅਦਰਵਾਈਜ਼ 37 ਹੈ ਹਜੇ ਤੱਕ ਜਨਰਲ ਕੈਟਾਗਰੀ ਦੀ। ਰਿਲੈਕਸੇਸ਼ਨ ਦੀ ਮੈਂ ਅਲੱਗ ਤੋਂ ਵੀਡੀਓ ਪਾ ਦਾਂਗਾ, ਜਿਹੜੀ ਪਿਛਲੀ ਵਾਰ ਸੀ। ਜੇਕਰ ਗਿਲੇ ਸ਼ਿਕਵੇ ਹੋਣ ਤਾਂ ਗੌਰਮੈਂਟ ਨੂੰ ਮਿਲਣਾ ਪੈਂਦਾ ਹੈ। ਪਿਛਲੀ ਵਾਰ ਇੱਕ ਵਾਰੀ 5 ਸਾਲ ਦੀ ਰਿਲੈਕਸੇਸ਼ਨ ਇਹਨਾਂ ਨੇ ਵਧਾਈ ਸੀ, ਓਕੇ 42 ਹੋ ਗਏ ਸੀ, ਲੇਕਿਨ ਹਜੇ ਤੱਕ 37 ਹੀ ਲੈ ਕੇ ਚੱਲੋ। ਓਕੇ, ਨੈਕਸਟ ਕੁਐਸਚਨ ਸਰ, ਮੇਰਾ PSTET ਕਲੀਅਰ ਹੈ, BEd 4 ਸਮੈਸਟਰ ਰੀਸੈਂਟਲੀ ਐਗਜ਼ਾਮ ਦਿੱਤੇ ਹੈ, ਸੋ ਰਿਜ਼ਲਟ ਅਵੇਟਿਡ ਹੈ, ਅਜੇ ਅਵੇਟਿਡ ਰਿਜ਼ਲਟ ਵਾਲੇ ਅਪਲਾਈ ਕਰ ਸਕਦੇ ਨੇ ਜੇ ਨੋਟੀਫਿਕੇਸ਼ਨ ਤੱਕ ਰਿਜ਼ਲਟ ਨਹੀਂ ਆਉਂਦਾ? ਨਹੀਂ, ਉਹਨਾਂ ਨੇ ਡੇਟ ਰਾਜੇ ਦਿੱਤੀ ਹੁੰਦੀ ਹੈ, ਐਗਜੈਕਟ ਡੇਟ, ਜਦੋਂ ਐਡਵਰਟਾਈਜ਼ਮੈਂਟ ਆਉਂਦੀ ਹੈ ਉੱਥੇ ਐਗਜੈਕਟ ਡੇਟ ਦਿੰਦੇ ਨੇ, ਜਿਨ੍ਹਾਂ ਦੇ ਇਸ ਡੇਟ ਤੱਕ, ਸਪੈਸੀਫਿਕ ਡੇਟ ਤੱਕ ਰਿਜ਼ਲਟ ਆਊਟ ਹੋ ਗਏ ਨੇ, ਉਹ ਅਪਲਾਈ ਕਰ ਸਕਦੇ ਨੇ। ਸੋ ਡੇਟ ਸਪੈਸੀਫਿਕ ਹੋਏਗਾ, ਰਿਜ਼ਲਟ ਉਸ ਉਦੋਂ ਤੱਕ ਆਇਆ ਹੋਣਾ ਚਾਹੀਦਾ ਹੈ। ਓਕੇ ਸਰ, RRR ਪੁੱਛ ਰਹੇ ਨੇ, ਸਰ ਕਦੋਂ ਆਵੇਗਾ ਮਾਸਟਰ ਕੈਡਰ ਜੀ? ਪਿਛਲੇ 'ਚ ਅਪੁਆਇੰਟਮੈਂਟ ਲੈਟਰ ਦੇ ਕੇ ਬਾਹਰ ਕੀਤਾ ਸਾਨੂੰ, ਬਹੁਤ ਡਿਪਰੈਸ਼ਨ 'ਚ ਆ, ਸਾਨੂੰ ਵੀ, ਮੈਨੂੰ ਵੀ ਬਾਹਰ ਕੀਤਾ ਜੀ। ਠੀਕ ਹੈ ਜੀ, 168 DP ਦੇ ਵਿੱਚ ਮੇਰਾ 9th ਰੈਂਕ ਸੀਗਾ ਅਤੇ ਉਹਦੇ ਵਿੱਚ ਸਾਨੂੰ ਅਪੁਆਇੰਟਮੈਂਟ ਲੈਟਰ ਦੇ ਤੇ। ਠੀਕ ਹੈ ਜੀ, ਸਿਰਫ ਮੈਡੀਕਲ ਕਰਾ ਕੇ ਜੁਆਇਨ ਕਰਨਾ ਸੀਗਾ, ਸੋ ਮੈਂ ਅਸਿਸਟੈਂਟ ਪ੍ਰੋਫੈਸਰ ਲਈ ਜਦੋਂ ਗਾਈਡ ਕਰ ਰਿਹਾ ਸੀ ਅਤੇ ਉਹ ਜਿਹੜੀਆਂ ਪੋਸਟਾਂ 1000 ਕੁ ਦੇ ਕਰੀਬ, 11-58, ਉਹਦੇ ਵਿੱਚ ਵੀ ਕਈਆਂ ਨੇ ਰਿਜ਼ਾਈਨ ਦੇ ਦਿੱਤਾ ਸੀ, ਗਵਰਨਮੈਂਟ ਸਕੂਲ ਜੋਬ ਤੋਂ ਰਿਜ਼ਾਈਨ ਦੇ ਦਿੱਤਾ ਸੀ, ਉਹ ਵੀ ਵਿਚਾਰੇ ਜੀ, ਉਹਨਾਂ ਦਾ ਵੀ ਡਬਲ ਬੈਂਚ ਤੇ ਚੱਲ ਰਿਹਾ ਹੈ। ਬਿਲਕੁਲ ਬਿਲਕੁਲ ਸਰ ਜੀ, ਲੈਕਚਰਰ ਦੀ ਪੋਸਟ ਲਈ ਟੀਚਿੰਗ ਸਬਜੈਕਟ ਹੋਣਾ ਕੰਪਲਸਰੀ ਹੈ ਜੀ? ਹਾਂਜੀ, ਬਿਲਕੁਲ ਬਿਲਕੁਲ। ਨੈਕਸਟ ਕੁਐਸਚਨ ਹੈ ਰੁਪਿੰਦਰ ਜੀ ਦਾ, ਰੁਪਿੰਦਰ ਕਹਿ ਰਹੇ ਨੇ, ਸਰ ਮੈਂ MA ਹਿਸਟਰੀ BEd 'ਚ SST ਐਸ ਟੀਚਿੰਗ ਸਬਜੈਕਟ, ਕੀ ਮੈਂ ਐਲੀਜੀਬਲ ਹਾਂ ਲੈਕਚਰਰ ਕੈਡਰ ਲਈ? MA ਸਰ ਹਿਸਟਰੀ ਜੀ, BEd ਦੇ ਵਿੱਚ SST ਐਸ ਟੀਚਿੰਗ ਸਬਜੈਕਟ, ਕੀ ਮੈਂ ਐਲੀਜੀਬਲ ਹਾਂ ਲੈਕਚਰਰ ਕੈਡਰ ਲਈ? ਫਿਲਹਾਲ ਪ੍ਰੈਜ਼ੈਂਟ, P ਫੋਰ ਪ੍ਰੈਜ਼ੈਂਟ, ਤੁਸੀਂ ਨਹੀਂ ਐਲੀਜੀਬਲ। ਨਵੀਆਂ ਰਿਲੈਕਸੇਸ਼ਨ ਹੋਣ ਦੀ, ਨਿਊ ਜਿਹੜੀਆਂ ਐਡਵਰਟਾਈਜ਼ਮੈਂਟ ਆਉਣੀਆਂ ਹਨ, ਜਿਹਨੇ ਜਿਹੜੇ ਐਡਵਰਟਾਈਜ਼ਮੈਂਟ ਨਾਲ ਸੰਬੰਧਿਤ ਡਿਪਾਰਟਮੈਂਟ 'ਚ ਨੇ, ਉਹਨਾਂ ਤੋਂ ਖਬਰ ਇਹ ਮਿਲੀ ਸੀ ਕਿ ਇਸ ਵਾਰ ਇਹ ਰਿਲੈਕਸੇਸ਼ਨ ਮਿਲੇਗੀ ਕਿ SST ਵਾਲੇ ਉਸ ਸਪੈਸੀਫਿਕ ਪੋਸਟ ਲਈ ਜਾਂ ਸਪੈਸੀਫਿਕ ਪੋਸਟ ਵਾਲੇ SST ਲਈ ਕੁਝ ਇਸ ਤਰ੍ਹਾਂ ਦੀ ਚੇਂਜ ਆਉਣ ਦੀ ਸੰਭਾਵਨਾ ਹੈ। ਅਮਨਦੀਪ ਕੌਰ ਦਾ, ਹੈਲੋ ਸਰ, ਮੇਰੇ ਮੁਤਾਬਕ ਐਡੀਸ਼ਨਲ ਦੇ ਦੇਣਾ ਚਾਹੀਦਾ ਹੈ, ਸਿਕਿਉਰ। ਅਮਨਦੀਪ ਕੌਰ ਪੁੱਛ ਰਹੇ ਨੇ, ਹੈਲੋ ਸਰ, MA SST ਮਾਸਟਰ ਕੈਡਰ ਦਾ ਮੌਕ ਟੈਸਟ ਲੈਣਾ, ਪੇਡ ਬੈਚ ਦੀ ਫੀਸ ਕੀ ਹੈ, ਦੱਸ ਦਿਓ ਸਰ।
ਰਾਜੇ ਕੁਛ ਵੀ ਹਜੇ ਡਿਸਾਈਡ ਨਹੀਂ ਕੀਤਾ, ਅਸੀਂ ਲਰਨਿੰਗ ਮੈਨੇਜਮੈਂਟ ਸਿਸਟਮ ਨੂੰ ਇੰਪਰੂਵ ਕਰ ਰਹੇ ਹਾਂ ਔਰ ਫਸਟ ਟ੍ਰਾਇਲ ਸਾਡਾ ਪੂਰਾ ਹੋ ਚੁੱਕਾ ਹੈ, ਅਸੀਂ ਇੱਕ ਧੋਖਾ ਖਾ ਚੁੱਕੇ ਹਾਂ, ਸੱਚ ਤਾਂ ਇਹ ਹੈ ਲਰਨ ਕਰ ਰਹੇ ਹਾਂ। ਸੋ ਅਸੀਂ ਲਰਨਿੰਗ ਮੈਨੇਜਮੈਂਟ ਸਿਸਟਮ ਨੂੰ ਥੋੜ੍ਹਾ ਚੇਂਜ ਕਰ ਰਹੇ ਹਾਂ ਔਰ ਅਸੀਂ ਕੋਸ਼ਿਸ਼, ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਮਿਨੀਮਮ ਤੋਂ ਮਿਨੀਮਮ ਫੀਸ ਰੱਖੀ ਜਾਵੇ। ਤੁਸੀਂ ਮਾਰਕੀਟ ਵਿੱਚ ਜਿੰਨੇ ਵੀ ਕੋਰਸ ਚੱਲ ਰਹੇ ਨੇ ਉਸ ਤੋਂ ਫੀਸ ਘੱਟ ਹੋਏਗੀ, ਇਹਦੇ ਲਈ ਮੈਂ ਕੁਆਲਿਟੀ ਦੇ ਨਾਲ ਕੰਪਰੋਮਾਈਜ਼ ਨਾ ਨਹੀਂ ਨਹੀਂ ਕਰਾਂਗੇ। ਹਾਂ ਸਿੱਖ ਰਹੇ ਹਾਂ, ਗਲਤੀਆਂ ਕਰਦੇ ਹੋ ਸਕਦੇ ਹਾਂ ਪਰ ਅਸੀਂ ਮਿਲ ਕੇ ਚੱਲਾਂਗੇ। ਮੈਨੂੰ ਤੁਹਾਡੀ ਫੀਡਬੈਕ, ਮੈਨੂੰ ਤੁਹਾਡੀ ਨੀਡ, ਮੈਨੂੰ ਤੁਹਾਡੀਆਂ ਪ੍ਰੋਬਲਮਸ ਚਾਹੀਦੀਆਂ ਨੇ, ਜੇ ਉਹ ਮਿਲਦੀਆਂ ਨੇ ਉੱਤੇ ਮੈਂ ਔਰ ਆਪੇ ਹੀ ਕੰਮ ਕਰਨ ਲੱਗ ਪੈਂਦਾ ਜਿੰਨਾ ਵੀ ਵਕਤ ਮਿਲਦਾ ਹੈ। ਓਕੇ, ਰਾਜੂ ਦਵਾਲਾ ਪੁੱਛ ਰਹੇ ਨੇ ਸਰ, ਸਰ ਮਾਸਟਰ ਕੈਡਰ ਕਦੋਂ ਤੱਕ ਆ ਜਾਏਗੀ ਜੀ? ਅਗੇਨ ਅਕਤੂਬਰ ਤੱਕ। ਪੰਜਾਬੀ ਆਲਰਾਊਂਡਰ ਆਰਟ ਐਂਡ ਕ੍ਰਾਫਟ ਪੋਸਟ ਕਦੋਂ ਆਉਂ? ਨਹੀਂ ਕੋਈ ਇਸ ਦਾ ਕੋਈ ਅੰਦਾਜ਼ਾ ਨਹੀਂ ਹੈ, ਨੰਬਰ ਆਫ ਪੋਸਟ ਵੀ ਘੱਟ ਹੁੰਦੀਆਂ ਨੇ, ਇਸ ਦਾ ਕੋਈ ਅੰਦਾਜ਼ਾ ਨਹੀਂ ਹੈ। ਜੱਸੀ ਗਿੱਲ ਪੁੱਛ ਰਹੇ ਨੇ ਸਰ, ਮੈਂ 2018 'ਚ ਪੀ ਐੱਸ ਟੈਟ ਕਲੀਅਰ ਕੀਤਾ, ਹੁਣ ਦੁਬਾਰਾ ਦੇਣ ਦੀ ਜ਼ਰੂਰਤ ਹੈ, ਪਲੀਜ਼ ਦੱਸੋ। ਨਹੀਂ ਦੇਖੋ, ਬੜੀ ਕੰਪਲੈਕਸ ਚੀਜ਼ ਹੈ। 2015 ਵਿੱਚ ਕੀ ਹੋਇਆ ਹੈ, 2015 ਵਿੱਚ ਇਹਨਾਂ ਨੇ ਕੀ ਕੀਤਾ ਹੈ, ਟੈਟ ਦੇ ਪਲੱਸ ਸਿਲੈਕਸ਼ਨ ਟੈਸਟ ਦੇ ਸਕੋਰ ਜਿਹੜੇ, ਇਹਨਾਂ ਦੀ ਕੰਬਾਈਂਡ ਜਿਹੜੀ ਹੈ ਮੈਰਿਟ ਸੂਚੀ ਬਣਾਈ ਹੈ। ਹੁਣ ਜੇ 15 ਮੁਤਾਬਕ ਇਹ ਹੁੰਦਾ ਹੈ, ਦੂਸਰਾ ਗੱਲ ਕਿ 2020 ਦੀ ਪੋਲਿਸੀ ਜਿਹੜੀ ਹੈ ਉਸ ਨੇ ਵੀ ਕਿਹਾ ਹੈ ਕਿ ਟੈਟ ਨੂੰ ਵੇਟੇਜ ਦਿੱਤੀ ਜਾਵੇ। ਇਹ ਵਾਲੇ ਦੋ ਲੌਜਿਕ ਕਹਿੰਦੇ ਨੇ ਕਿ ਟੈਟ ਦੇ ਸਕੋਰ ਨੂੰ ਇੰਪਰੂਵ ਕਰ ਲੈਣਾ ਚਾਹੀਦਾ ਹੈ, ਇਸ ਨੂੰ ਦੇਖਦੇ ਹੋਏ ਤੁਹਾਨੂੰ ਦੇ ਦੇਣਾ ਚਾਹੀਦਾ ਹੈ, ਹੈ ਨਾ। ਜੇ ਹਾਂ ਅਜਿਹਾ ਨਹੀਂ ਹੁੰਦਾ, ਕਿਉਂਕਿ 2022 ਵਿੱਚ ਜਿਹੜੀਆਂ ਪੋਸਟਾਂ ਹੋਈਆਂ ਉਹਦੇ ਵਿੱਚ ਸਿਰਫ ਸਿਲੈਕਸ਼ਨ ਟੈਸਟ ਨੂੰ ਇੰਪੋਰਟੈਂਸ ਦਿੱਤੀ ਗਈ ਹੈ। ਸੋ ਇਸ ਇਹਦੇ ਮੈਂ ਸਿਚੁਏਸ਼ਨ ਦੱਸ ਰਿਹਾ। ਰਾਜ ਰਾਣੀ ਪੁੱਛ ਰਹੇ ਨੇ ਸਰ, ਐਸਸੀ ਕੈਟੇਗਰੀ ਹੈ, 42 ਈਅਰਸ ਆ ਏਜ ਉਹਨਾਂ ਦੀ, ਕੀ ਐਲੀਜੀਬਲ ਨੇ? 42 ਰਾਜੇ, ਜਲਦੀ ਪੋਸਟਾਂ ਆ ਜਾਣ ਤਾਂ ਤੁਸੀਂ ਐਲੀਜੀਬਲ ਹੋ, ਬਿਲਕੁਲ ਕੋਲ ਪਹੁੰਚ ਗਏ ਆ। ਅਮਨਦੀਪ ਕੌਰ ਦੁਬਾਰਾ ਪੁੱਛ ਰਹੇ ਨੇ, ਇਹਨਾਂ ਨੂੰ 5 ਸਾਲ ਮਿਲਦੇ ਆ ਨਾ। ਅੱਛਾ, ਅਮਨਦੀਪ ਕੌਰ ਪੁੱਛ ਰਿਹਾ ਸਰ, ਮੌਕ ਟੈਸਟ ਪਰਚੇਸ ਕਰਨਾ ਪ੍ਰੋਸੈਸ ਦੱਸੋ। ਹਲੇ ਮੌਕ ਟੈਸਟ ਸਾਡਾ ਹੈ ਨਹੀਂ, ਮਾਸਟਰ ਕੈਡਰ ਦਾ ਜੀ। ਕਿਹੜਾ ਸਬਜੈਕਟ ਹੈ? ਸਬਜੈਕਟ ਤੁਸੀਂ ਮੈਂਸ਼ਨ ਕਰ ਦਿਓ ਉਹਨਾਂ ਦੀ, ਪਹਿਲਾਂ ਸਬਜੈਕਟ ਵੀ ਮੈਂਸ਼ਨ ਕਰੋ, ਜਿਹੜੇ ਸਬਜੈਕਟ ਦੀ ਡਿਮਾਂਡ ਸਾਡੇ ਕੋਲ ਆਏਗੀ ਅਸੀਂ ਪਹਿਲਾਂ ਉਹਦੇ ਮੌਕ ਟੈਸਟ ਪਾਉਣੇ, ਜਲਦੀ ਸ਼ੁਰੂ ਕਰ ਦਾਂਗੇ। ਵੈਰੀ ਨਾਈਸ ਸਰ, ਹਾਊ ਟੂ ਇਨਰੋਲ ਫੋਰ ਮੌਕ ਟੈਸਟ, ਅਗਲਾ ਕੁਐਸਚਨ ਚਤਰ ਜਲਦੀ ਜਲਦੀ ਹੀ ਸਰ, ਸੋਹਣੀ ਜੀ ਇੱਦਾਂ ਨਾ ਐਡ ਬਣਾ ਕੇ ਬੜੇ ਕੋਰ ਸਰ। ਐਸਐਸਟੀ ਮਾਸਟਰ ਕੈਡਰ ਦੀਆਂ ਕਿੰਨੀਆਂ ਕੁ ਪੋਸਟਾਂ ਆਉਣਗੀਆਂ? ਦੇਖੋ ਪਿਛਲੀ ਵਾਰ 700-800 ਦੇ ਕਰੀਬ ਸੀ, ਮੈਂ ਇੱਕ ਵੀਡੀਓ ਵਿੱਚ ਸਾਰੀ ਡਿਟੇਲ ਪਾਈ ਹੈ, ਦੁਬਾਰਾ ਤੋਂ ਇਸ ਤਰ੍ਹਾਂ ਕਰਦਾ ਹਾਂ। ਇਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਰ, ਲੈਕਚਰਾਂ ਦੀਆਂ ਪਿਛਲੀਆਂ ਅਤੇ ਸਾਰੀਆਂ ਐਲੀਜੀਬਿਲਟੀ ਉਹ ਇੱਕ ਵਾਰ ਤੋਂ ਸਾਰੀਆਂ ਡਿਸਕਸ ਕਰ ਦੇਣਾ, ਉਹਦੀ ਲਾਈਟ ਵਿੱਚ ਹੀ ਉਹਦੇ ਕਰੀਬ ਹੀ 1800 ਇਸ ਦੇ ਕਰੀਬ ਪੋਸਟਾਂ ਆਉਂਦੀ, ਕਿਉਂਕਿ ਕਾਮਨ ਸਬਜੈਕਟ ਹੈ। ਓਕੇ, ਨੈਕਸਟ ਕੁਐਸਚਨ ਹੈ ਸਰ, ਬੀ ਐਡ ਫਸਟ ਸਮੈਸਟਰ ਦਾ ਰਿਜ਼ਲਟ ਕਦੋਂ ਆਊਗਾ ਜੀ ਐਨ ਡੀ ਦਾ? ਜੀ ਐਨ ਡੀ ਦਾ ਹੁਣੇ ਵੀਡੀਓ ਪਾਉਣਾ ਇਸ ਤੋਂ ਬਾਅਦ। ਮਿਸਟਰ ਤੀਰਥ ਸਿੰਘ ਸਰ, ਗੁੱਡ ਈਵਨਿੰਗ ਸਰ। ਗੁੱਡ ਈਵਨਿੰਗ ਜੀ। ਸਰ 55% ਕੰਡੀਸ਼ਨ ਕੀ ਹੈ? 55% ਕੰਡੀਸ਼ਨ। ਅੱਛਾ ਸਰ, ਹਿੰਦੀ ਮਾਸਟਰ ਕੈਡਰ ਦਾ ਕੋਈ ਗਰੁੱਪ ਹੈ? ਗਰੁੱਪ ਨਹੀਂ, ਸਾਰੇ ਸ਼ੁਰੂ ਕਰ ਰਹੇ ਹਾਂ, ਉਹਦੇ ਵਿੱਚ ਫਿਰ ਤੁਸੀਂ ਸ਼ਾਮਿਲ ਹੋ ਸਕਦੇ ਹੋ, ਜਸਟ ਇਨੀਸ਼ੀਏਟ ਕਰ ਰਹੇ ਹਾਂ। WhatsApp ਨੰਬਰ ਕੀ ਹੈ ਸਾਡਾ ਜੀ? ਕਿਹੜਾ, ਮੈਂ ਆਪਣਾ ਦੇ ਦਾਂ? ਤੁਸੀਂ ਆਪਣਾ ਨੰਬਰ ਦੇ ਦਿਓ ਉਹਨਾਂ ਨੂੰ। ਮੇਰਾ ਨੰਬਰ 8427 ਹੈ, 45 ਉਸ ਤੋਂ ਬਾਅਦ ਹੈ, 88 ਇੱਧਰ ਪਾ ਦਾਂ ਜੀ, 88 ਇੱਧਰ ਪਾ ਦਿੰਦੇ ਹਾਂ, 43 ਇੱਥੇ ਪਾ ਦਿੰਦੇ ਹਾਂ। ਠੀਕ ਹੈ ਜੀ, ਸੋ ਇਹ ਨੰਬਰ ਤੁਸੀਂ ਨੋਟ ਕਰ ਸਕਦੇ ਹੋ। ਐਂਡ ਸਰ ਕਿਸ ਟਾਈਮ ਪ੍ਰੈਫਰ ਕਰਨ ਕੋ ਵੌਇਸ ਮੈਸੇਜ ਕਰ ਲੈਣ ਤਾਂ ਕਲੀਅਰ ਆਵਾਜ਼ ਜੀ, ਵੌਇਸ ਮੈਸੇਜ ਕਰਿਓ ਜਾਂ ਤੁਸੀਂ ਮੈਸੇਜ ਕਰਿਓ WhatsApp ਤੇ, ਜਦੋਂ ਹੈ ਤਾਂ ਮੈਂ ਵੌਇਸ ਮੈਸੇਜ ਦੇ ਦੇਣਾ। ਐਮਰਜੈਂਸੀ ਚ ਕਰ ਵੀ ਸਕਦੇ ਹੋ, ਚਿੰਤਾ ਨਹੀਂ, ਸੋਣਾ ਅੱਛਾ, ਖਾਣਾ ਅੱਛਾ,
ਇੰਜੋਏ ਕਰਨਾ, ਜ਼ਿੰਦਗੀ ਨੂੰ ਟੈਨਸ਼ਨ 'ਚ ਨਹੀਂ ਹੈ, ਇਸ ਲਈ ਕਰ ਲੈਣਾ ਜੀ। ਸੋ ਇੰਨੇ ਕੀ ਉਹਨਾਂ ਦੇ ਕੁਐਸਚਨ ਸੀਗੇ ਸਰ, ਠੀਕ ਹੈ ਜੀ, ਤੁਹਾਡੇ ਸਵਾਲਾਂ ਦੇ ਆਈ ਹੋਪ ਸਰ ਨੇ ਸਾਰੇ ਜਵਾਬ ਆਪਾਂ ਦੇ ਦਿੱਤੇ ਆ। ਸੋ ਮੈਂ ਪਿਛਲੇ ਲੈਕਚਰਾਰ ਅਤੇ ਮਾਸਟਰ ਕੇਡਰ ਦੀ ਜਿਹੜੀ ਐਡਵਰਟਾਈਜ਼ਮੈਂਟ ਪਲੱਸ ਐਲੀਜੀਬਿਲਟੀ ਆ, ਉਸ 'ਤੇ ਇੱਕ ਦੋ ਵੀਡੀਓ ਬਣਾ, ਤੁਹਾਨੂੰ ਗਾਈਡਲਾਈਨ ਮਿਲ ਜਾਣਗੀਆਂ ਕਿ ਅਜਿਹਾ ਚੇਂਜਿਸ 'ਤੇ ਅਜਿਹਾ ਅਜਿਹਾ ਹੁੰਦਾ ਰਿਹਾ। ਸੋ ਜਿੱਦਾਂ ਹੀ ਕੋਈ ਸਾਡੇ ਕੋਲ ਨਵੀਂ ਖਬਰ ਆਏਗੀ, ਠੀਕ ਹੈ ਜੀ, ਸਾਡੇ ਸੋਰਸਿਸ ਤੋਂ ਤੁਹਾਨੂੰ ਅਪਡੇਟ ਕਰ ਦਿੱਤਾ ਜਾਵੇਗਾ। ਸੋ ਇੱਦਾਂ ਦੀ ਅਪਡੇਟਸ ਲੈਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ, ਠੀਕ ਹੈ ਜੀ, ਤਦ ਤੱਕ ਸਾਨੂੰ ਦੀ ਇਜਾਜ਼ਤ। ਥੈਂਕ ਯੂ।